ਕਦੇ ਤਾਂ ਕਿਸਾਨ ਕੁਦਰਤੀ ਕਹਿਰ ਦਾ ਸ਼ਿਕਾਰ ਹੋਏ ਤੇ ਕਦੇ ਮਨੁੱਖੀ ਅਣਗਹਿਲੀਆਂ ਦਾ। ਪਰ ਦੀਨਾ ਨਗਰ ਦੇ ਅਧੀਨ ਆਉਂਦੇ ਪਿੰਡ ਪਟੋਆ ਦੇ ਕਿਸਾਨ ਕਿਸ ਦੀ ਰੰਜਿਸ਼ ਦਾ ਸ਼ਿਕਾਰ ਹੋ ਗਏ, ਇਸ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ। ਜੀ ਹਾਂ, ਪਿੰਡ ਪਟੋਆ ਵਿੱਚ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਕਿਸਾਨਾਂ ਦੀ ਪੱਕੀ ਕਣਕ ਦੀ ਫਸਲ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਕਿਸਾਨਾਂ ਨੇ ਦੋਸ਼ ਲਗਾਏ ਕਿ ਉਹਨਾਂ ਵੱਲੋਂ ਕੁਝ ਵਿਅਕਤੀਆਂ ਨੂੰ ਅੱਗ ਲਗਾਉਂਦੇ ਵੇਖਿਆ ਗਿਆ, ਪਰ ਕਿਸਾਨਾਂ ਨੂੰ ਆਉਂਦਾ ਵੇਖ ਉਹ ਸ਼ਰਾਰਤੀ ਅਨਸਰ ਫਰਾਰ ਹੋ ਗਏ, ਜਿਸ ਨਾਲ 8 ਤੋਂ 10 ਏਕੜ ਕਣਕ ਦੀ ਪੱਕੀ ਫਸਲ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦੀ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਕਈ ਪਿੰਡਾਂ ਵਿੱਚ ਇੱਕਦਮ ਭੱਜ ਨੱਠ ਮਚ ਗਈ ਤੇ ਲੋਕ ਆਪਣੇ ਆਪਣੇ ਟਰੈਕਟਰ ਆਦਿ ਲੈ ਕੇ ਘਟਨਾ ਵਾਲੀ ਥਾਂ ਉੱਤੇ ਪਹੁੰਚ ਗਏ। ਪਿੰਡ ਵਾਸੀਆਂ ਨੇ ਭਾਰੀ ਮੁਸ਼ਕਤ ਨਾਲ ਅੱਗ ਉੱਤੇ ਕਾਬੂ ਪਾ ਲਿਆ, ਜਿਸ ਨਾਲ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਉਧਰ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਕਿਸਾਨਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਪਰ ਸਵਾਲ ਤਾਂ ਇੱਥੇ ਇਹ ਉੱਠਦਾ ਹੈ ਕਿ ਇਹਨਾਂ ਕਿਸਾਨਾਂ ਨਾਲ ਆਖਿਰ ਕਿਸ ਦੀ ਰੰਜਿਸ਼ ਹੋ ਸਕਦੀ ਹੈ। ਆਪਣਾ ਅਮਰਜੀਤ ਸਿੰਘ, ਕੀ ਗੱਲਬਾਤ ਹੋਈ ਅੱਜ? ਗੱਲਬਾਤ ਇਹ ਹੋਈ ਜੀ, ਕਾਕਾ ਸਾਡਾ ਇਸ ਤੁੰਡੀ ਬਣਾਉਣ ਡਿਆ ਸੀ, ਇਹਨੇ ਟੈਲੀਫੋਨ ਕੀਤਾ ਤੇ ਅੱਗ ਕੋਈ ਲਾ ਚੁੱਕਾ ਵਾ, ਭੱਜੇ ਉਸ ਬਾਹਰ ਭੱਜੇ ਆਏ ਆ ਤੇ ਇਹਨੇ ਮੁੰਡਿਆਂ ਤੂੰ ਆਪਣੀ ਕਰੂ ਵੇਖ ਲਾ, ਤੂੰ ਮੁੰਡਿਆਂ ਤੋਂ ਫੜ ਲਾ, ਇਹ ਮੁੰਡਿਆਂ ਨਹੀਂ ਹੋਇਆ, ਆਪਣੀ ਕਣਕ ਵੱਲ ਹੋਇਆ ਵਾ, ਤੂੰ ਫਿਰ ਵੀ ਬੁੱਧੀ ਬੁੱਧੀ ਫਿਰ ਵੀ 8-10 ਕਿੱਲੇ ਕਣਕ ਨੁਕਸਾਨ ਹੋ ਗਿਆ। ਫਿਰ ਟਰੈਕਟਰ ਆਏ ਨੇ, ਟਰੈਕਟਰਾਂ ਨੇ ਬੜਾ ਪਿੰਡ ਵਾਲੇ ਨੇ ਸੰਦੋਖ ਬਹੁਤ ਦਿੱਤਾ ਵਾ, ਉਹਨਾਂ ਦੀ ਭਜਾਈ ਵੀ ਹੋਈ ਹੈ ਅਤੇ ਸੰਯੋਗ ਦੀ ਵਜ੍ਹਾ ਦੇ ਨਾਲ ਇੰਨਾ ਕੁ 10 ਕਿੱਲੇ ਮੁੱਕ ਗਈ ਕਿਤੇ ਨਾ ਹੋ ਜਾਣੀ। ਕੀ ਮੰਗ ਕਰਦੇ ਹੋ ਸਰਕਾਰ ਕੋ? ਹਾਂਜੀ, ਸਰਕਾਰ ਕੋ ਕੀ ਮੰਗ ਕਰਦੇ? ਜਿਹੜਾ ਸਾਡਾ ਨੁਕਸਾਨ ਹੋਇਆ ਸਾਨੂੰ ਨੁਕਸਾਨ ਚਾਹੀਦਾ ਜੀ, ਆਪਣਾ ਮੁਆਵਜ਼ਾ ਚਾਹੀਦਾ, ਮੁਆਵਜ਼ਾ ਚਾਹੀਦਾ ਜੀ। ਬੈਠੇ ਸੀਗੇ ਇੱਥੋਂ ਰੌਲਾ ਪਿਆ ਅਤੇ ਅਸੀਂ ਉੱਥੋਂ ਭੱਜਿਆ ਵੀ ਇੱਥੇ ਕਣਕ ਨੂੰ ਅੱਗ ਲਾ ਦਿੱਤੀ ਹੈ, ਕੁਛ ਬੰਦੇ ਕਹਿੰਦੇ ਬਈ ਇੱਥੋਂ ਨੁੱਕਰੋਂ ਅੱਗ ਲੱਗੀ ਹੈ, ਉਹ ਲਾਉਂਦਿਆਂ ਵੀ ਦੇਖਿਆ ਕਈਆਂ ਬੰਦੇ ਨਹਿਰੇ ਚੜ ਗਏ ਆ, ਇੱਕ ਦੋ ਜਣੇ ਨਹਿਰੇ ਗਏ ਆ ਅਤੇ ਬਾਅਦ 'ਚ ਇੱਥੋਂ ਬੁਝਾਉਣ ਸਾਰੇ ਬੰਦੇ ਆਏ, 100 ਬੰਦਾ ਇਕੱਠਾ ਹੋਇਆ ਅਤੇ ਫਿਰ ਮਹਾਂ ਅੱਗ ਬੁਝਾਈਏ ਥੋੜ੍ਹੀ ਬਹੁਤੀ, ਨਹੀਂ ਤਾਂ ਸਾਰਾ ਇਲਾਕਾ ਹੀ ਤਬਾਹ ਹੋ ਜਾਣਾ ਸੀਗਾ। ਕਿੰਨੇ ਕੁ ਕਿੱਲੇ ਸੜ ਗਈ ਹੈ? ਇਹ ਘੱਟ ਤੋਂ ਘੱਟ 8-10 ਕਿੱਲੇ ਤਾਂ ਗੇੜੇ ਸੜ ਗਏ। ਕੀ ਮੰਗ ਕਰਦੇ ਹੋ ਸਰਕਾਰ ਨੂੰ? ਹਾਂਜੀ, ਸਰਕਾਰ ਕੋਲ ਕੀ ਮੰਗ ਕਰਦੇ? ਸਰਕਾਰ ਕੋਲ ਮੰਗ ਇਹ ਹੈ ਜੀ, ਗਰੀਬ ਬੰਦੇ ਜਿਹੜੇ ਮਾਰੇ ਗਏ ਨਜਾਇਜ਼ ਵਿਚਾਰੇ, ਮੰਗ ਇਹਨਾਂ ਦੀ ਪੂਰੀ ਹੈ, ਕਣਕ ਸੜ ਗਈ ਤਾਂ ਖਾਣਗੇ ਕੀ ਵਿਚਾਰੇ? ਉਹ ਪਟੋਆ ਤੋਂ ਮੈਸੇਜ ਆਇਆ ਸੀ ਵੀ ਕਣਕ ਨੂੰ ਅੱਗ ਲੱਗ ਗਈ ਆ, ਅਤੇ ਉਸੇ ਵੇਲੇ ਤੋਂ ਮੈਂ ਆਪਣੇ ਕਰਮਚਾਰੀਆਂ ਨਾਲ ਅਸੀਂ ਮੌਕੇ 'ਤੇ ਪਹੁੰਚਿਆ ਅਤੇ ਪਿੰਡ ਦੇ ਸਹਿਯੋਗ ਕਾਫੀ ਬੰਦੇ ਇਕੱਠੇ ਹੋਏ ਜਿਨ੍ਹਾਂ ਦੇ ਸਹਿਯੋਗ ਨਾਲ ਅੱਗ ਜਿਹੜੀ ਹੈ ਬੁਝਾਈ ਗਈ ਹੈ ਅਤੇ ਕਾਫੀ 6-7 ਕਿੱਲੇ ਤੋਂ ਉੱਪਰ ਕਣਕ ਸੜ ਗਈ, ਵੱਖ ਵੱਖ ਬੰਦਿਆਂ ਦੇ ਨਾਂ ਲਿਖੇ ਨੇ ਅਤੇ ਇਹਨਾਂ ਦੇ ਸੰਬੰਧ 'ਚ ਜੋ ਵੀ ਬਣਦੀ ਕਾਰਵਾਈ ਰਫਤ ਬਣਦੀ ਹੈ ਮਾਝੇ ਵਾਰ ਦੀ ਸਰਕਾਰ ਦਿੰਦੀ ਆ ਅਤੇ ਇਹਨਾਂ ਦੀ ਰਫਤ ਦਾ ਜ਼ਰੂਰ ਨਾਮ ਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇ। ਸਰ, ਫਾਇਰ ਬ੍ਰਿਗੇਡ ਪਹੁੰਚੀ ਹੈ ਮੌਕੇ 'ਤੇ? ਫਾਇਰ ਬ੍ਰਿਗੇਡ ਨੂੰ ਮੈਸੇਜ ਗਿਆ ਪਰ ਫਿਰ ਨਹੀਂ ਪਹੁੰਚੀ। ਅਤੇ ਸਰ, ਕੁਛ 'ਤੇ ਕੋਈ ਸ਼ੱਕ ਜਤਾਇਆ ਗਿਆ? ਅਜੇ ਵਿੱਚ ਕੁਝ ਬੰਦੇ ਤਾਂ ਕਹਿ ਰਹੇ ਆ, ਜੇ ਇਹਨਾਂ ਨੂੰ ਕੋਈ ਹੈਗਾ ਕਿਸੇ ਸ਼ੱਕ ਤੇ ਇਹ ਮੈਨੂੰ ਕਰ ਸਕਦੇ, ਆਪਣੇ ਲਿਖਤੀ ਕੰਪਲੇਂਟ ਦੇ ਸਕਦੇ।